ਆਇਆ ਮੇਰੇ ਕੋਲ ਇੰਸਟਾਗ੍ਰਾਮ ਦੇ ਉੱਤੇ ਕਿ ਅਸੀਂ ਤੁਹਾਨੂੰ ਸਿਖਾਵਾਂਗੇ ਕਿ ਵੀ ਕਿੱਦਾਂ ਤੁਸੀਂ ਸ਼ੇਅਰ ਬਾਜ਼ਾਰ ਦੇ ਵਿੱਚ ਆਪਣਾ ਲਗਾਉਣਾ ਹੈਗਾ ਅਤੇ ਹਾਊ ਯੂ ਹੈਵ ਟੂ ਅਰਨ ਅਤੇ 100% ਅਸੀਂ ਤੁਹਾਨੂੰ ਪ੍ਰੋਫਿਟ ਬਣਾ ਕੇ ਦੇਵਾਂਗੇ। ਇਹ ਦਿਸ ਇਜ਼ ਅ ਕੋਰਸ ਆਫ 1 month ਤੇ ਤਕਰੀਬਨ ਹੈਗਾ, 1 June ਤੋਂ ਸ਼ੁਰੂ ਹੋ ਕੇ ਇਟ ਵਿਲ ਫਿਨਿਸ਼ ਬਾਈ 1 May ਤੋਂ ਸ਼ੁਰੂ ਹੋ ਕੇ ਇਟ ਵਿਲ ਫਿਨਿਸ਼ ਬਾਈ 30th May ਤੱਕ। ਕਾਫੀ ਦੇਰ ਇਹਨਾਂ ਦੇ 150-200 ਮੈਂਬਰ ਸੀਗੇ ਇਹਨਾਂ ਦੇ ਤੇ ਵਿੱਚ ਸ਼ੋਅ ਕਰਦੇ ਸੀਗੇ ਜਿਹੜੇ ਇਹਨਾਂ ਦੇ ਆਪਣੇ ਹੀ ਵਿੱਚੋਂ ਸੀਗੇ ਕਿ ਵੀ ਅਸੀਂ ਕਦੀ 50 lakh ਭੇਜਤਾ, ਕਦੀ 20 lakh ਕਿਸੇ ਨੇ ਭੇਜਤਾ, ਕਿਸੇ ਨੇ ਯਾਨੀ ਕਿ ਪ੍ਰੋਫਿਟ ਸ਼ੋਅ ਕਰਦੇ, ਹਾਂ ਸ਼ੋਅ ਕਰਦੇ ਸੀਗੇ ਤੇ ਨਾਲੇ ਕਹਿੰਦੇ ਸੀਗੇ ਮਾਸਟਰ ਕਿ ਵੀ ਤੁਸੀਂ ਸਾਨੂੰ ਬਹੁਤ ਅੱਛੀ ਗੇਨਸ ਦਵਾਈਆਂ ਨੇ, ਵੀ ਆਰ ਰੀਅਲੀ ਥੈਂਕਫੁਲ ਟੂ ਯੂ, ਵੀ ਆਰ ਵੈਰੀ ਗ੍ਰੇਟਫੁਲ ਟੂ ਯੂ ਗੁਰੂ ਜੀ ਮਾਸਟਰ ਜੀ, ਦੀਸ ਟਾਈਪਸ ਆਫ ਆਲ ਦੀਸ ਟਾਈਪਸ ਆਫ ਥਿੰਗਸ ਵਰ ਬੀਂਗ ਡਨ। ਸਰ ਇਹਦੇ ਵਿੱਚ ਹੁਣ ਤੁਹਾਨੂੰ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਕਹਿੰਦੇ ਸੀਗੇ, ਤੁਹਾਨੂੰ ਪ੍ਰੋਫਿਟ ਦੀ ਗੱਲ ਕੀਤੀ ਜਾਂਦੀ ਸੀ ਕਿ ਕਿਸ ਤਰ੍ਹਾਂ ਪੈਸੇ ਲੈਂਦੇ? ਹਾਂਜੀ, ਉਹ ਕਹਿੰਦੇ ਸੀਗੇ ਕਿ ਵੀ IPOs ਸਾਨੂੰ ਸਟੂਡੈਂਟਸ ਕਹਿੰਦੇ ਹੁੰਦੇ ਸੀਗੇ ਕਿ ਵੀ ਅਸੀਂ ਸਟੂਡੈਂਟਸ ਨੂੰ ਪਰਚੇਸ ਕਰਵਾਵਾਂਗੇ ਤੇ ਉਹਨਾਂ ਨੂੰ ਪ੍ਰੋਫਿਟਸ, ਅਸੀਂ ਪ੍ਰੋਫਿਟ ਅਲਟੀਮੇਟਲੀ ਗੋਲ ਪ੍ਰੋਫਿਟ ਦਾ ਹੈ ਕਿ ਵੀ 500% ਤੱਕ ਅਸੀਂ ਪ੍ਰੋਫਿਟ ਉਹਨਾਂ ਨੂੰ ਲੈ ਕੇ ਦੇਵਾਂਗੇ। ਕੋਈ ਪ੍ਰੋਫਿਟ ਹੋਇਆ ਅਜੇ ਤੱਕ? ਨਹੀਂ ਜੀ, ਇੱਕ ਪੈਸਾ ਵੀ ਨਹੀਂ ਹੋਇਆ, ਸਗੋਂ ਜੋ ਵੀ ਸੀਗਾ ਉਹ ਪੱਲੇ ਉੱਪਰ। ਅਮਰਵੀਰ ਜੀ, ਕਦੇ ਤੁਹਾਨੂੰ ਸ਼ੱਕ ਨਹੀਂ ਹੋਇਆ ਕਿ ਤੁਹਾਡੇ ਨਾਲ ਕੋਈ ਵਟਸਐਪ ਗਰੁੱਪ ਤੇ ਚੱਲ ਰਿਹਾ ਹੈ, ਕਿਸੇ ਵੀ ਤਰ੍ਹਾਂ ਤੁਸੀਂ ਨਹੀਂ ਜਾਣਦੇ ਹੋ ਔਰ ਅਣਜਾਣ ਬੰਦੇ ਨੂੰ ਤੁਸੀਂ ਪੈਸੇ ਦੇ ਰਹੇ ਹੋ? ਹਾਂ, ਇੱਕ ਦੋ ਵਾਰੀ ਮੈਨੂੰ ਸ਼ੱਕ ਹੋਇਆ ਸੀਗਾ ਤੇ ਮੈਂ ਉਹ ਵਿੱਚੋਂ ਹੀ ਉਹਨਾਂ ਦੇ ਕਿਸੇ 1-2 ਬੰਦਿਆਂ ਨਾਲ ਗੱਲ ਕੀਤੀ, ਉਹ ਕਹਿੰਦੇ ਨਹੀਂ ਜੀ ਨਹੀਂ, ਕਿ ਬਈ ਹੋਰ ਸਭ ਫਰੌਡ ਹੋ ਸਕਦੇ ਨੇ, ਇਹ ਕੰਪਨੀ ਕਿਉਂਕਿ US ਦੀ ਹੈ, UK ਦੀ ਹੈ, ਆਪਣਾ ਨਿਊਯਾਰਕ ਦੀ ਹੈ ਤੇ ਇਹ ਆਪਣਾ ਬਿਲਕੁਲ ਜੈਨੂਇਨ ਕੰਪਨੀ ਹੈ, ਮੈਂ ਵੀ ਇਸ ਕੰਪਨੀ ਦਾ ਇੰਪਲੋਈ ਹੈਗਾ ਵਾਂ ਤੇ ਮੈਂ ਵੀ ਆਪਣੇ 20 lakh RBI ਨੇ ਕਿ ਬਈ ਕਿੱਦਾਂ ਬੈਂਕ ਤੋਂ ਇਹਨਾਂ ਨੇ ਪੈਸੇ ਕੱਢ ਰਹੇ ਨੇ, ਕਿੱਦਾਂ ਇਹਨਾਂ ਦੇ ਕਰੰਟ ਅਕਾਊਂਟਸ ਖੁੱਲ੍ਹੇ ਹੋਏ ਨੇ, ਇਹਦੀ ਮੋਟੀ ਮੋਟੀ ਟ੍ਰਾਂਜੈਕਸ਼ਨਸ ਹੋ ਰਹੀਆਂ ਨੇ, ਬੈਂਕ ਮੈਨੇਜਰ ਨੇ ਨਹੀਂ ਦੇਖਿਆ ਵੀ ਅੱਗੋਂ ਇੰਨੀ ਜਲਦੀ ਪੈਸੇ ਕਿੱਦਾਂ ਟ੍ਰਾਂਸਫਰ ਹੋ ਰਹੇ ਨੇ, ਕਿੱਥੇ ਜਾ ਰਹੇ ਨੇ, ਉਹ ਕਿਉਂ ਜਾ ਰਹੇ ਨੇ, ਇਹ ਬਿਨਾਂ ਮਿਲੀ ਭਗਤ ਦੇ ਉਹ। ਹੁਣ ਵੀ ਤੁਹਾਨੂੰ ਜਿਹੜੇ ਤੁਸੀਂ ਦਿਖਾ ਰਹੇ ਹੋ ਇਹ ਤੁਸੀਂ ਦਿਖਾਓਗੇ? ਹੁਣ ਵੀ ਤੁਹਾਡੇ ਨਾਲ ਚੈਟ ਹੋ ਰਹੀ ਹੈ ਜਿਹੜੇ ਵੀ ਫਰੌਡ? ਅੱਜ ਤੱਕ ਵੀ ਚੈਟ ਹੋ ਰਹੀ ਹੈ, ਅੱਜ ਤੱਕ ਵੀ ਉਹ ਮੇਰੇ ਕੋਲੋਂ ਪੈਸੇ ਮੰਗ ਰਿਹਾ। ਮੈਂ ਕਹਿੰਦਾ ਸੀਗਾ ਨਹੀਂ, ਯੂ ਇਨਵੈਸਟ ਮੋਰ ਤੇ ਆਈ ਵਿਲ ਗਿਵ ਯੂ ਲੋਨ ਫਰੋਮ ਦਾ ਅਪੋਲੋ ਅਕੈਡਮੀ ਕਾਲਜ, ਮੈਂ ਤੁਹਾਨੂੰ ਲੋਨ ਦੇ ਦਿੰਦਾ। ਉਹ ਮੇਰੇ ਉਹ ਐਪ ਦੇ ਵਿੱਚ ਲੋਨ ਪੈਸੇ ਪਾਤੇ ਕਿ ਵੀ ਇਹ ਲੋਨ ਮੈਂ ਤੁਹਾਨੂੰ ਦਿੱਤਾ ਹੈਗਾ ਤੇ ਤੁਸੀਂ ਹੌਲੀ ਹੌਲੀ ਇਹਨੂੰ। ਹੋਰ ਮੈਸੇਜ ਹੁਣੇ ਆਇਆ ਹੈਗਾ, ਇੱਕ ਮੈਸੇਜ ਹੋਰ ਰਿਸੀਵ ਹੋਇਆ ਹੁਣੇ ਕਿ ਬਈ ਲਿਖ ਰਿਹਾ ਓਕੇ ਲੈਟਸ ਵੇਟ ਐਂਡ ਸੀ, ਆਈ ਵਿਲ ਆਸਕ ਦਾ ਲੀਗਲ ਡਿਪਾਰਟਮੈਂਟ ਟੂ ਕੰਟੈਕਟ ਯੂ ਟੁਮਾਰੋ ਐਂਡ ਯੂ ਵਿਲ ਬੀਅਰ ਆਲ ਦਾ ਕੋਨਸੀਕੁਐਂਸ ਯੂਅਰ ਸੈਲਫ, ਯਾਨੀ ਕਿ ਤੁਹਾਨੂੰ ਡਰਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈ। ਵੀ ਤੁਹਾਨੂੰ ਲੱਗਦਾ ਕਿ ਇਹ ਇੰਨਾ ਕਰੀਬ 2 crore ਰੁਪਇਆ ਤੁਸੀਂ ਦੇ ਦਿੱਤਾ, ਤੁਸੀਂ ਖੁਦ ਇੱਕ ਬਿਜ਼ਨਸਮੈਨ ਹੋ, ਤੁਸੀਂ ਪੜ੍ਹੇ ਲਿਖੇ ਹੋ, ਸਾਰੀ ਚੀਜ਼ਾਂ ਅਵੇਅਰਨੈਸ ਹੁੰਦੀ ਹੈ, ਤੁਸੀਂ ਲਗਾਤਾਰ ਕੰਟੀਨਿਊ ਪੈਸੇ ਦਿੰਦੇ ਰਹੇ, ਕਿਤੇ ਨਾ ਕਿਤੇ ਤੁਸੀਂ ਲਗਾਤਾਰ ਸਾਈਬਰ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਨੇ, ਕਿਸੇ ਵੱਖ ਵੱਖ ਤਰੀਕੇ ਦੇ ਨਾਲ ਜਿਹੜੇ ਸਾਈਬਰ ਫਰੌਡਸ ਨੇ ਉਹ ਠੱਗੀ ਕਰ ਰਹੇ, ਹਾਲਾਂਕਿ ਕਈ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਨੇ, ਕਈ ਮਾਮਲੇ ਸੋਲਵ ਵੀ ਹੋਏ ਹੈ, ਲੇਕਿਨ ਇਸ ਤਰ੍ਹਾਂ ਦੇ ਅੱਜ ਕੱਲ੍ਹ ਸਟਾਕ ਆਨਲਾਈਨ ਸਟਾਕ ਸੇਲ ਐਂਡ ਪਰਚੇਜ ਦਾ ਜਿਹੜਾ ਮਾਮਲੇ ਹੈ ਉਹ ਲਗਾਤਾਰ ਵਧੇ ਹੈ, ਲੋਕਾਂ ਦੇ ਨਾਲ 1 crore, 1.5 crore, 2 crore ਦੀ ਠੱਗੀ ਲਗਾਤਾਰ ਇਸ ਤਰ੍ਹਾਂ ਦੇ ਸਾਹਮਣੇ ਆ ਰਹੇ। ਚੰਡੀਗੜ੍ਹ ਦੇ ਵਿੱਚ ਵੀ ਇੱਕ ਮਾਮਲਾ ਸਾਹਮਣੇ ਆਇਆ, ਕਰੀਬ 2 crore ਦੀ ਠੱਗੀ ਕੀਤੀ ਗਈ ਹੈ ਇੱਕ ਬਿਜ਼ਨਸਮੈਨ ਤੋਂ, ਔਰ ਕੋਸ਼ਿਸ਼ ਅਸੀਂ ਕਰਾਂਗੇ ਕਿਸ ਤਰ੍ਹਾਂ ਇਹ ਲੋਕਾਂ ਨੂੰ ਆਪਣੇ ਜਾਲ 'ਚ ਫਸਾਉਂਦੇ ਔਰ ਕਿਸ ਤਰ੍ਹਾਂ ਪੈਸੇ ਜਿਹੜੇ ਹੈ
ਜਿਹੜੀ ਮਿਹਨਤ ਦੀ ਗੂੜੀ ਕਮਾਈ ਹੁੰਦੀ ਹੈ ਲੋਕਾਂ ਦੀ, ਉਹ ਕਿਸ ਤਰ੍ਹਾਂ ਕਰਦੇ ਔਰ ਕਿਸ ਤਰ੍ਹਾਂ ਆਪਣੇ ਜਾਲ 'ਚ ਵਿਛਾਉਂਦੇ? ਸਾਡੇ ਨਾਲ ਅਮਰਵੀਰ ਸਿੰਘ ਵਾਲੀਆ ਜੀ ਨੇ, ਜਿਨ੍ਹਾਂ ਨਾਲ ਕਰੀਬ 2 ਕਰੋੜ ਦੀ ਠੱਗੀ ਬੀਤੇ 1 ਮਹੀਨੇ ਦੇ ਅੰਦਰ ਅੰਦਰ ਜਿਹੜੀ ਹੈ ਉਹ ਹੋ ਚੁੱਕੀ ਹੈ। ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਹਾਲਾਂਕਿ ਹਜੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ, ਮਾਮਲਾ ਜ਼ਰੂਰ ਪੁਲਿਸ ਨੇ ਦਰਜ ਕਰ ਲਿਆ ਹੈ ਔਰ ਕਈ ਧਾਰਾਵਾਂ ਦੇ ਤਹਿਤ ਇਹਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ। 419, 420, 467, 468, 471, 120 ਵੀ ਤਹਿਤ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ। ਲੇਕਿਨ ਇਹ ਠੱਗੀ ਦਾ ਸ਼ਿਕਾਰ ਕਿਸ ਤਰ੍ਹਾਂ ਕਰਦੇ ਆ? ਅੱਜ ਵੀ ਉਹ ਲਗਾਤਾਰ ਕੰਟੀਨਿਊ ਚੈਟਿੰਗ ਕਰ ਰਹੇ ਹੈ, ਕਿਸ ਤਰ੍ਹਾਂ ਉਹਨਾਂ ਦੀ ਮੋਡਸ ਆਪਰੈਂਡੀ ਹੁੰਦੀ ਹੈ ਅਮਰਵੀਰ ਜੀ? ਕਿਉਂਕਿ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ, ਤੁਸੀਂ ਵੀ ਇੱਕ ਬਿਜ਼ਨਸਮੈਨ ਹੋ, ਤੁਸੀਂ ਇਹ ਜਾਲ 'ਚ ਕਿਸ ਤਰ੍ਹਾਂ ਫਸੇ? ਐਕਚੁਅਲੀ ਇੱਕ ਲਿੰਕ ਆਇਆ ਮੇਰੇ ਕੋਲ ਇੰਸਟਾਗ੍ਰਾਮ ਦੇ ਉੱਤੇ ਕਿ ਅਸੀਂ ਤੁਹਾਨੂੰ ਸਿਖਾਵਾਂਗੇ ਕਿ ਵੀ ਕਿੱਦਾਂ ਤੁਸੀਂ ਸ਼ੇਅਰ ਬਾਜ਼ਾਰ ਦੇ ਵਿੱਚ ਆਪਣਾ ਲਗਾਉਣਾ ਹੈਗਾ ਅਤੇ ਹਾਊ ਯੂ ਹੈਵ ਟੂ ਅਰਨ, ਅਤੇ ਇੱਕ 100% ਅਸੀਂ ਤੁਹਾਨੂੰ ਪ੍ਰੋਫਿਟ ਬਣਾ ਕੇ ਦੇਵਾਂਗੇ। ਇਹ ਦਿਸ ਇਜ਼ ਏ ਕੋਰਸ ਆਫ 1 ਮੰਥ ਤੇ ਤਕਰੀਬਨ ਹੈਗਾ, 1 ਜੂਨ ਤੋਂ ਸ਼ੁਰੂ ਹੋ ਕੇ ਇਟ ਵਿਲ ਫਿਨਿਸ਼ ਬਾਈ 1 ਮਈ ਤੋਂ ਸ਼ੁਰੂ ਹੋ ਕੇ ਇਟ ਵਿਲ ਫਿਨਿਸ਼ ਬਾਈ 30 ਮਈ ਤੱਕ ਇਹ ਆਪਣਾ ਖਤਮ ਹੋ ਜਾਏਗਾ। ਅਤੇ ਇਸ ਹਿਸਾਬ ਨਾਲ ਇਹਨਾਂ ਨੇ ਮੈਨੂੰ, ਮੈਂ ਐਕਚੁਅਲੀ ਇਹਨੂੰ ਡਾਊਨਲੋਡ ਕੀਤਾ ਸੀਗਾ ਅਪ੍ਰੈਲ ਦੇ ਸ਼ੁਰੂ ਦੇ ਵਿੱਚ, ਇੱਕ ਕਾਫੀ ਦੇਰ ਇਹਨਾਂ ਦੇ 150-200 ਮੈਂਬਰ ਸੀਗੇ ਇਹਨਾਂ ਦੇ, ਤੇ ਵਿੱਚ ਸ਼ੋਅ ਕਰਦੇ ਸੀਗੇ ਜਿਹੜੇ ਇਹਨਾਂ ਦੇ ਆਪਣੇ ਹੀ ਵਿੱਚੋਂ ਸੀਗੇ ਕਿ ਵੀ ਅਸੀਂ ਕਦੀ 50 ਲੱਖ ਭੇਜਤਾ, ਕਦੀ 20 ਲੱਖ ਕਿਸੇ ਨੇ ਭੇਜਤਾ, ਕਿਸੇ ਨੇ ਯਾਨੀ ਕਿ ਪ੍ਰੋਫਿਟ ਸ਼ੋਅ ਕਰਦੇ, ਹਾਂ ਸ਼ੋਅ ਕਰਦੇ ਸੀਗੇ। ਤੇ ਨਾਲੇ ਕਹਿੰਦੇ ਸੀਗੇ ਮਾਸਟਰ ਕਿ ਵੀ ਤੁਸੀਂ ਸਾਨੂੰ ਬਹੁਤ ਅੱਛੀ ਗੇਨਸ ਦਵਾਈਆਂ ਨੇ, ਵੀ ਆਰ ਰੀਅਲੀ ਥੈਂਕਫੁਲ ਟੂ ਯੂ, ਵੀ ਆਰ ਵੈਰੀ ਗ੍ਰੇਟਫੁਲ ਟੂ ਯੂ ਗੁਰੂ ਜੀ, ਮਾਸਟਰ ਜੀ, ਦੀਸ ਟਾਈਪਸ ਆਫ ਆਲ ਦੀਸ ਟਾਈਪਸ ਆਫ ਥਿੰਗਸ ਵਰ ਬੀਂਗ ਡਨ। ਤੇ ਸਰ ਇਹਦੇ ਵਿੱਚ ਹੁਣ ਤੁਹਾਨੂੰ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਕਹਿੰਦੇ ਸੀਗੇ, ਤੁਹਾਨੂੰ ਪ੍ਰੋਫਿਟ ਦੀ ਗੱਲ ਕੀਤੀ ਜਾਂਦੀ ਸੀ ਕਿ ਕਿਸ ਤਰ੍ਹਾਂ ਪੈਸੇ ਲੈਂਦੇ? ਹਾਂਜੀ, ਉਹ ਕਹਿੰਦੇ ਸੀ ਕਿ ਵੀ ਆਈ ਪੀ ਓਜ਼ ਐਂਡ ਬਲੋਕ ਡੀਲਸ ਸਾਡੇ ਕੋਲ ਆਲਰੇਡੀ ਪਰਚੇਜ਼ ਨੇ, ਅਸੀਂ ਖਰੀਦੇ ਹੋਏ ਨੇ ਇਨ ਕਰੋੜਸ ਐਂਡ ਕਰੋੜਸ, ਤੇ ਉਹ ਅਸੀਂ ਸਸਤੇ ਲਏ ਹੋਏ ਨੇ, ਤੇ ਤੁਸੀਂ ਵੀ ਵਿਲ ਜੋ ਸਾਡੇ ਐਸੋਸੀਏਟ ਨੇ ਜੋ ਸਾਡੇ ਨਾਲ ਸਟੂਡੈਂਟਸ ਲੱਗੇ ਹੋਏ ਨੇ, ਸਾਨੂੰ ਸਟੂਡੈਂਟਸ ਕਹਿੰਦੇ ਹੁੰਦੇ ਸੀਗੇ ਕਿ ਵੀ ਅਸੀਂ ਸਟੂਡੈਂਟਸ ਨੂੰ ਪਰਚੇਜ਼ ਕਰਵਾਵਾਂਗੇ ਤੇ ਉਹਨਾਂ ਨੂੰ ਪ੍ਰੋਫਿਟਸ, ਅਸੀਂ ਪ੍ਰੋਫਿਟ ਅਲਟੀਮੇਟਲੀ ਗੋਲ ਪ੍ਰੋਫਿਟ ਦਾ ਹੈ ਕਿ ਵੀ 500% ਤੱਕ ਅਸੀਂ ਪ੍ਰੋਫਿਟ ਉਹਨਾਂ ਨੂੰ ਲੈ ਕੇ ਦੇਵਾਂਗੇ। ਕੋਈ ਪ੍ਰੋਫਿਟ ਹੋਇਆ ਅਜੇ ਤੱਕ? ਨਹੀਂ ਜੀ, ਇੱਕ ਪੈਸਾ ਵੀ ਨਹੀਂ ਹੋਇਆ, ਸਗੋਂ ਜੋ ਵੀ ਸੀਗਾ ਉਹ ਪੱਲੇ ਪੱਲੇ ਚੱਲਿਆ ਗਿਆ। ਤੇ ਤੁਸੀਂ ਕਿਸ ਤਰ੍ਹਾਂ ਬੈਂਕ ਤੇ ਪਾਉਂਦੇ ਸੀ? ਹਾਂਜੀ ਹਾਂਜੀ, ਸਾਰੀ ਟ੍ਰਾਂਜੈਕਸ਼ਨ ਇਸ ਥਰੂ ਬੈਂਕਸ, ਕਿ ਉਹਨਾਂ ਕਹਿੰਦੇ ਸਾਰੇ RTGS ਬੈਂਕਸ ਦੇ ਥਰੂ ਕੀਤੀ ਹੈਗੀ ਹੈ, ਕੋਈ ਆਨਲਾਈਨ ਨਹੀਂ, ਕੋਈ ਕਿਤੇ ਨਹੀਂ, ਸਾਰੇ ਬੈਂਕਸ ਦੇ ਥਰੂ ਕੀਤੇ। ਕਦੇ ਅਮਰਵੀਰ ਜੀ ਕਦੇ ਤੁਹਾਨੂੰ ਸ਼ੱਕ ਨਹੀਂ ਹੋਇਆ ਕਿ ਤੁਹਾਡੇ ਨਾਲ ਕੋਈ ਵਟਸਐਪ ਗਰੁੱਪ ਤੇ ਚੱਲ ਰਿਹਾ ਹੈ, ਕਿਸੇ ਵੀ ਤਰ੍ਹਾਂ ਤੁਸੀਂ ਨਹੀਂ ਜਾਣਦੇ ਹੋ ਔਰ ਅਣਜਾਣ ਬੰਦੇ ਨੂੰ ਤੁਸੀਂ ਪੈਸੇ ਦੇ ਰਹੇ ਹੋ? ਹਾਂ, ਇੱਕ ਦੋ ਵਾਰੀ ਮੈਨੂੰ ਸ਼ੱਕ ਹੋਇਆ ਸੀਗਾ, ਤੇ ਮੈਂ ਉਹ ਵਿੱਚੋਂ ਹੀ ਉਹਨਾਂ ਦੇ ਕਿਸੇ ਇੱਕ ਦੋ ਬੰਦਿਆਂ ਨਾਲ ਗੱਲ ਕੀਤੀ, ਉਹ ਕਹਿੰਦੇ ਨਹੀਂ ਜੀ ਨਹੀਂ, ਕਿ ਬਈ ਹੋਰ ਸਭ ਫਰੌਡ ਹੋ ਸਕਦੇ ਨੇ ਇਹ ਕੰਪਨੀ, ਕਿਉਂਕਿ US ਦੀ ਹੈ, UK ਦੀ ਹੈ, ਆਪਣਾ ਨਿਊਯਾਰਕ ਦੀ ਹੈ, ਤੇ ਇਹ ਆਪਣਾ ਬਿਲਕੁਲ ਜੈਨੂਇਨ ਕੰਪਨੀ ਹੈ, ਮੈਂ ਵੀ ਇਸ ਕੰਪਨੀ ਦਾ ਇੰਪਲੋਈ ਹੈਗਾ ਵਾਂ, ਤੇ ਮੈਂ ਵੀ ਆਪਣੇ 20 ਲੱਖ ਮੈਂ ਵੀ ਲਗਾਏ ਹੋਏ ਨੇ। ਤੇ ਤੁਸੀਂ ਪੈਸੇ ਜਿਹੜੇ ਹੈਗੇ ਇੱਕ ਵਾਰੀ 'ਚ ਵੱਖ ਵੱਖ ਜਿਹੜੇ? ਨਹੀਂ, ਅਲੱਗ ਅਲੱਗ ਵੱਖ ਵੱਖ ਦਿੰਦਾ ਸੀਗਾ, ਤੇ ਅਲੱਗ ਅਲੱਗ ਬੈਂਕਾਂ ਦੇ ਵਿੱਚ ਅਲੱਗ ਅਲੱਗ ਜਗ੍ਹਾ ਦਿੰਦੇ ਹੁੰਦੇ ਸੀਗੇ, ਤੇ ਹਰ ਇੱਕ ਦੇ ਵਿੱਚ ਸੈਬੀ ਅਪਰੂਵਡ ਲਿਖਿਆ ਹੋਇਆ ਸੀਗਾ ਕਿ ਵੀ ਸੈਬੀ ਦੇ ਅਪਰੂਵਡ ਹੈਗੇ ਹਾਂ ਅਸੀਂ, ਤੇ ਸਿਡਬੀ ਆਪਣਾ ਉਹਦੇ ਨਾਲ ਸੈਬੀ ਦੇ ਨਾਲ ਸਾਡਾ ਐਸੋਸੀਏਟ ਹੈਗਾ, ਜਦਕਿ ਇਹਨਾਂ ਕੋਲ ਕੋਈ ਸੈਬੀ ਦਾ ਲਾਇਸੈਂਸ ਨਹੀਂ ਸੀਗਾ, ਕੋਈ ਸੈਬੀ ਨੇ ਕੋਈ ਚੈੱਕ ਨਹੀਂ ਰੱਖਿਆ, ਕੋਈ ਕੁਛ ਨਹੀਂ, ਨਾ RBI ਨੇ ਕਿ ਬਈ ਕਿੱਦਾਂ ਬੈਂਕ ਤੋਂ ਇਹਨਾਂ ਨੇ ਪੈਸੇ ਕੱਢ ਰਹੇ ਨੇ, ਕਿੱਦਾਂ ਇਹਨਾਂ ਦੇ ਕਰੰਟ ਅਕਾਊਂਟਸ ਖੁੱਲੇ ਹੋਏ ਨੇ, ਇੰਨੀ ਮੋਟੀ ਮੋਟੀ ਟ੍ਰਾਂਜੈਕਸ਼ਨਸ ਹੋ ਰਹੀਆਂ ਨੇ, ਬੈਂਕ ਮੈਨੇਜਰ ਉਹਨਾਂ ਨੇ ਨਹੀਂ ਦੇਖਿਆ ਵੀ ਅੱਗੋਂ ਇੰਨੀ ਜਲਦੀ ਪੈਸੇ ਕਿੱਦਾਂ ਟ੍ਰਾਂਸਫਰ ਹੋ ਰਹੇ ਨੇ, ਕਿੱਥੇ ਜਾ ਰਹੇ ਨੇ, ਉਹ ਕਿਉਂ ਜਾ ਰਹੇ ਨੇ, ਇਹ ਬਿਨਾਂ ਮਿਲੀ ਭਗਤ ਦੇ ਉਹ ਇਹ ਹੋ ਨਹੀਂ ਸਕਦਾ। ਤੁਹਾਨੂੰ ਲੱਗਦਾ ਕਿ ਵੱਡਾ ਨੈਕਸਸ ਕੰਮ ਕਰ ਰਿਹਾ ਇਸ ਤਰ੍ਹਾਂ? ਪੂਰਾ
ਪੂਰਾ ਐਂਡ ਇਟ ਇਜ਼ ਆਲ ਓਵਰ ਇੰਡੀਆ ਦੇ ਵਿੱਚ ਚੱਲ ਰਿਹਾ ਔਰ ਆਲ ਇੰਡੀਆ ਦੇ ਵਿੱਚ ਪਤਾ ਲੱਗਿਆ ਕਿ ਕਈ ਲੋਕ ਇਹਦੇ ਸ਼ਿਕਾਰ ਹੋ ਚੁੱਕੇ ਨੇ ਐਂਡ ਫਿਊ ਆਫ ਦੈਮ ਰਿਟਾਇਰਡ ਨੇਵੀ ਦੇ ਵੀ ਆਫਿਸਰਸ ਵੀ ਸੀਗੇ ਦੇ ਹੈਵ ਈਵਨ ਕਮਿਟਿਡ ਸੁਸਾਈਡ ਆਲਸੋ ਵੀ ਹੈਵ ਕਮ ਟੂ ਨੋ ਅਪ ਟੂ ਦਿਸ ਅਰਵਿੰਦ ਜੀ ਕਿਉਂਕਿ ਇਹ ਵੀ ਤੁਸੀਂ ਦੱਸ ਰਹੇ ਹੋ ਕਿ ਤੁਹਾਡੀ ਕਲਾਸਿਸ ਵੀ ਲੱਗਦੀ ਸੀ ਆਨਲਾਈਨ ਹਾਂਜੀ ਉਸ ਕਲਾਸ 'ਚ ਕੀ ਮਾਹੌਲ ਹੁੰਦਾ ਸੀਗਾ ਕਈ ਲੋਕ ਜੁੜਦੇ ਸੀ ਜਾਂ ਸਿਰਫ 10,000 ਤੋਂ ਉੱਤੇ ਦਿਖਾਉਂਦੇ ਸੀਗੇ ਕਿ ਆਨਲਾਈਨ ਦੇ ਵਿੱਚ 10,000 ਤੋਂ ਮਤਲਬ ਤੋਂ ਉੱਪਰ ਬੰਦੇ ਇਸ ਵੇਲੇ ਕਨੈਕਟਡ ਹੈਗੇ ਨੇ ਹਾਂਜੀ ਆਨਲਾਈਨ ਦੇ ਵਿੱਚ ਕਿੰਨੀ ਦੇਰ ਦੀ ਕਲਾਸ ਹੁੰਦੀ ਸੀ ਪੂਰੀ 1 ਆਵਰ ਦੀ 8 to 9 ਨਾਈਨ ਹਾਂਜੀ ਕਿਸ ਤਰ੍ਹਾਂ ਦੀ ਗੱਲਾਂ ਹੁੰਦੀ ਸੀ ਆਲ ਕਰੰਟ ਸ਼ੇਅਰ ਮਾਰਕੀਟ ਜਿਹੜੀ ਜਿਸ ਦਿਨ ਹੁੰਦੀ ਸੀਗੀ ਕਿ ਅੱਜ ਸ਼ੇਅਰ ਬਾਜ਼ਾਰ ਉੱਪਰ ਗਿਆ ਅੱਜ ਥੱਲੇ ਗਿਆ ਬਿਲਕੁਲ ਡੇ ਟੂ ਡੇ ਦੀ ਗੱਲ ਹੋਇਆ ਕਰਦੀ ਸੀ ਅੱਛਾ ਹੁਣ ਵੀ ਤੁਹਾਨੂੰ ਜਿਹੜੇ ਤੁਸੀਂ ਦਿਖਾ ਰਹੇ ਹੋ ਇਹ ਤੁਸੀਂ ਦਿਖਾਓਗੇ ਹੁਣ ਵੀ ਤੁਹਾਡੇ ਨਾਲ ਚੈਟ ਹੋ ਰਹੀ ਹੈ ਜਿਹੜੇ ਵੀ ਫਰੌਡ ਵੀ ਅੱਜ ਤੱਕ ਵੀ ਚੈਟ ਹੋ ਰਹੀ ਹੈ ਅੱਜ ਤੱਕ ਵੀ ਉਹ ਮੇਰੇ ਕੋਲ ਪੈਸੇ ਮੰਗ ਰਿਹਾ ਮੈਂ ਕਹਿੰਦਾ ਸੀਗਾ ਨਹੀਂ 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 ਯੂ ਇਨਵੈਸਟ ਮੋਰ ਤੇ ਆਈ ਵਿਲ ਗਿਵ ਯੂ ਲੋਨ ਫਰੋਮ ਦਾ ਅਪੋਲੋ ਅਕੈਡਮੀ ਕਾਲਜ ਮੈਂ ਤੁਹਾਨੂੰ ਲੋਨ ਦੇ ਦਿੰਦਾ ਉਹ ਮੇਰੇ ਉਹ ਐਪ ਦੇ ਵਿੱਚ ਲੋਨ ਪੈਸੇ ਪਾਤੇ ਕਿ ਵੀ ਇਹ ਲੋਨ ਮੈਂ ਤੁਹਾਨੂੰ ਦਿੱਤਾ ਹੈਗਾ ਤੇ ਤੁਸੀਂ ਹੌਲੀ ਹੌਲੀ ਇਹਨੂੰ ਹੋਰ ਮੈਸੇਜ ਹੁਣੇ ਆਇਆ ਹੈਗਾ ਇੱਕ ਮੈਸੇਜ ਹੋਰ ਰਿਸੀਵ ਹੋਇਆ ਹੁਣੇ ਕਿ ਬਈ ਲਿਖ ਰਿਹਾ ਓਕੇ ਲੈਟਸ ਵੇਟ ਐਂਡ ਸੀ ਆਈ ਵਿਲ ਆਸਕ ਦਾ ਲੀਗਲ ਡਿਪਾਰਟਮੈਂਟ ਟੂ ਕੰਟੈਕਟ ਯੂ ਟੁਮਾਰੋ ਐਂਡ ਯੂ ਵਿਲ ਬੀਅਰ ਆਲ ਦਾ ਕੋਨਸੀਕੁਐਂਸ ਯੋਰ ਸੈਲਫ ਯਾਨੀ ਕਿ ਤੁਹਾਨੂੰ ਡਰਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈ ਧਮਕੀ ਵੀ ਦੇ ਰਿਹਾ ਹੈਗਾ ਕਿ ਬਈ ਇਹ ਤਾਂ ਉਹ ਕੰਮ ਹੋ ਗਿਆ ਉਲਟਾ ਚੋਰ ਕੁਟਵਾਲ ਕੋ ਡਾਂਟੇ ਕਿਸੇ ਵੀ ਪਰਸਨ ਨੂੰ ਪ੍ਰੈਸ਼ਰਾਈਜ਼ ਹਾਂਜੀ 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 ਹਾਂ ਔਰ ਅੱਜ ਮੈਨੂੰ ਕਹਿ ਰਿਹਾ ਕਿ ਵੀ ਤੁਸੀਂ ਆਪਣਾ ਜੋ ਵਿਕਦਾ ਵੇਚ ਕੇ ਪੈਸੇ ਦਿਓ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਲੋਨ ਦੇ ਅਮਾਊਂਟ ਹੈ ਉਹ ਪੂਰਾ ਕਰੋ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਇਨਕਮ ਟੈਕਸ ਬਣਦਾ ਉਹ ਦਿਓ ਦੈਨ ਆਈ ਵਿਲ ਲੈਟ ਯੂ ਟੂ ਵਿਦਡਰਾਅ ਯੋਰ ਮਨੀ ਤੁਸੀਂ ਪੁਲਿਸ ਚ ਗਏ ਪੁਲਿਸ ਨੇ ਇਨਵੈਸਟੀਗੇਸ਼ਨ ਕਰਦੇ ਹੋਏ ਮਾਮਲਾ ਦਾ ਦਰਜ ਕਰ ਲਿਆ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੁਹਾਨੂੰ ਕੋਈ ਮਤਲਬ ਨਹੀਂ ਉਹ ਤਾਂ ਮੈਂ ਰੈਗੂਲਰ ਜਾ ਰਿਹਾ ਵਾਂ ਮੈਂ ਡੀ ਜੀ ਪੀ ਸਾਹਿਬ ਨੂੰ ਵੀ ਮਿਲਿਆ ਐਸ ਪੀ ਸਾਹਿਬ ਨੂੰ ਵੀ ਮਿਲਿਆ ਮੈਂ ਰੈਗੂਲਰ ਫੋਲੋ ਅਪ ਕਰ ਰਿਹਾ ਉਹਨਾਂ ਦੇ ਵੀ ਕੋਨਸੀਕੁਐਂਸਿਸ ਨੇ ਉਹਨਾਂ ਦੇ ਵੀ ਆਪਣਾ ਤਰੀਕਾ ਹੈ ਇਨਵੈਸਟੀਗੇਸ਼ਨ ਕਰਨ ਦਾ ਐਸ ਪਰ ਦੇਅਰ ਰੂਲਸ ਐਂਡ ਰੈਗੂਲੇਸ਼ਨਸ ਤੇ ਲੇਕਿਨ ਉਹ ਸਪੀਡ ਔਰ ਪੇਸ ਅਜੇ ਉਹ ਨਹੀਂ ਫੜੀ ਜੋ ਫੜ ਲੈਂਦੇ ਤੇ ਆਈ ਥਿੰਕ ਐਵਰੀਥਿੰਗ ਇਜ਼ ਪੋਸੀਬਲ ਨਥਿੰਗ ਇਜ਼ ਇੰਪੋਸੀਬਲ ਕਿ ਬਈ ਦੇ ਕੈਨ ਮਤਲਬ ਧਰੂ ਕੇ ਲਿਆ ਸਕਦੇ ਨੇ ਔਰ ਦੇ ਕੈਨ ਬ੍ਰਿੰਗ ਦੈਮ ਟੂ ਦਾ ਬੁੱਕਸ ਐਨੀ ਟਾਈਮ ਐਟਲੀਸਟ ਮਨੀ ਹੈਜ਼ ਗੋਨ ਐਟਲੀਸਟ ਦਿਸ ਸ਼ੁੱਡ ਨਾਟ ਬੀ ਕਮਿਟਡ ਟੂ ਸਮਵਨ ਐਲਸ ਕਿਸੇ ਹੋਰ ਦੇ ਨਾਲ ਨਾ ਹੋਵੇ ਤਾਂ ਕਿ ਇਹ ਉਹਨਾਂ ਨੂੰ ਇਹ ਵੀ ਮੈਂ ਇਨਸ਼ੋਰ ਕਰਨਾ ਚਾਹੁੰਦਾ ਕਿ ਇੱਦਾਂ ਦੀ ਘਟਨਾ ਅੱਗੇ ਕਿਸੇ ਹੋਰ ਨਾਲ ਨਾ ਵੀ ਤੁਹਾਨੂੰ ਹੀ ਲੱਗਦਾ ਕਿ ਇਹਨਾਂ ਤੋਂ ਕਰੀਬ 2 ਕਰੋੜ ਰੁਪਿਆ ਤੁਸੀਂ ਦੇ ਦਿੱਤਾ ਤੁਸੀਂ ਖੁਦ ਇੱਕ ਬਿਜ਼ਨਸਮੈਨ ਹੋ ਤੁਸੀਂ ਪੜ੍ਹੇ ਲਿਖੇ ਹੋ ਸਾਰੀ ਚੀਜ਼ਾਂ ਅਵੇਅਰਨੈਸ ਹੁੰਦੀ ਹੈ ਤੁਸੀਂ ਲਗਾਤਾਰ ਕੰਟੀਨਿਊ ਪੈਸੇ ਦਿੰਦੇ ਰਹੇ ਕਿਤੇ ਨਾ ਕਿਤੇ ਤੁਸੀਂ ਵੀ ਇਹਦੇ ਚ ਹਾਂ ਨਹੀਂ ਉਹ ਤੇ ਠੀਕ ਹੈ ਤੁਹਾਡੀ ਗੱਲ ਕਿਉਂਕਿ ਉਹੀ ਰੀਜ਼ਨ ਇਹ ਸੀਗਾ ਕਿ ਵੀ ਉਹ 150-200 ਬੰਦਾ ਜਿਹੜਾ ਸੀਗਾ ਇਹਦੇ ਵਿੱਚ ਉਹ ਸਾਰਿਆਂ ਨੇ ਸਾਰਾ ਪਲਾਨ ਹਾਂਜੀ ਸਾਰਾ ਪਲਾਨ ਉਹ ਮੋਡ ਆਫ ਇੰਪਰੈਂਟੈਂਸਿਪ ਇੰਨਾ ਸੀਗਾ ਔਰ ਇੰਨੇ ਇਹਨਾਂ ਦੇ ਗਰੁੱਪ ਬਣੇ ਹੋਏ ਸੀਗੇ ਅਲੱਗ ਅਲੱਗ ਲੋਕਾਂ ਦੇ ਕਿ ਆਲ ਓਵਰ ਇੰਡੀਆ ਦੇ ਵਿੱਚ ਇੱਦਾਂ ਦਾ ਹੋਇਆ ਹੈਗਾ ਔਰ ਉਹ ਸਾਰੇ ਗਰੁੱਪ ਚੋਂ 2-4 ਬੰਦੇ ਹੀ ਹੁੰਦੇ ਸੀਗੇ ਜਿਹੜੇ ਹੁੰਦੇ ਸੀਗੇ ਬਾਕੀ ਸਾਰੇ ਉਹਨਾਂ ਦੇ ਬੰਦੇ ਸੀਗੇ ਸਾਰੇ ਉਹਨਾਂ ਦੇ ਬੰਦੇ ਕਈ ਚੀਜ਼ਾਂ ਨੇ ਹਾਲਾਂਕਿ ਇਹਨਾਂ ਵੱਲੋਂ ਪੂਰਾ ਬੈਂਕ ਸਟੇਟਮੈਂਟ ਦਿੱਤੀ ਹੋਈ ਹੈ ਕਿਉਂਕਿ ਕਰੀਬ 2 ਕਰੋੜ ਰੁਪਏ ਇਹਨਾਂ ਨੇ ਦਿੱਤਾ ਹੋਇਆ ਤੇ ਡੀ ਜੀ ਪੀ ਨੂੰ ਲੈਟਰ ਦਿੱਤੀ ਸੀ ਹਾਲਾਂਕਿ ਮਾਮਲਾ ਦਰਜ ਹੋ ਚੁੱਕਿਆ ਲੇਕਿਨ ਬਹੁਤ ਜ਼ਰੂਰੀ ਹੈ ਬਾਰ ਬਾਰ ਸਾਈਬਰ ਸੈੱਲ ਵੀ ਅਵੇਅਰ ਕਰਦਾ ਲੋਕਾਂ ਨੂੰ ਵੱਖ ਵੱਖ ਪੁਲਿਸ ਲਗਾਤਾਰ ਅਵੇਅਰ ਕਰਦੀ ਹੈ ਲੇਕਿਨ ਜਿਹੜੇ ਫਰੌਡਸਟਰ ਨੇ ਉਹ ਬਹੁਤ ਹੀ ਸ਼ਾਤਿਰ ਤਰੀਕੇ ਦੇ ਨਾਲ
ਕਿ ਕਿਸ ਤਰ੍ਹਾਂ ਇਹ ਮੌਲਡ ਕਰਨਾ ਹੈ, ਕਿਸ ਤਰ੍ਹਾਂ ਉਹਦੀ ਮੋਡਸ ਆਪਰੈਂਡੀ ਹੁੰਦੀ ਹੈ ਕਿ ਲੋਕੀ ਸਾਡੇ ਨਾਲ ਜੁੜੇ ਹੋਏ ਨੇ ਔਰ ਸਾਰੇ ਗਰੁੱਪ ਦੇ, ਹਾਲਾਂਕਿ ਗਰੁੱਪ ਦੇ ਜਿਹੜੇ ਮੈਂਬਰ ਹੈ ਉਹ ਵੀ ਉਹਨਾਂ ਦੇ ਹੀ ਹੁੰਦੇ, ਪੂਰੀ ਇੱਕ ਟੀਮ, ਇੱਕ ਪੂਰਾ ਨੈਕਸਸ ਕੰਮ ਕਰ ਰਿਹਾ ਔਰ ਇੱਕ ਕਈ ਥਾਂ ਤੇ ਇਸ ਤਰ੍ਹਾਂ ਦੀ ਜਿਹੜੀ ਕਹਿ ਸਕਦੇ ਹਾਂ ਕਿ ਇਹ ਨੈਕਸਸ ਚੱਲ ਰਿਹਾ ਔਰ ਧੋਖਾਧੜੀ ਹੋ ਰਹੀ ਹੈ ਔਰ ਲੱਖਾਂ ਦੇ ਕਰੋੜਾਂ ਦੇ ਜਿਹੜੀ ਠੱਗੀ ਹੈ ਉਹ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਹੁਣ ਜ਼ਰੂਰ ਕਹਿੰਦੀ ਨਜ਼ਰ ਆ ਰਹੀ ਕਿ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ, ਲੇਕਿਨ ਹਜੇ ਤੱਕ ਕੋਈ ਇਸ ਮਾਮਲੇ ਵਿੱਚ ਗ੍ਰਿਫਤਾਰੀ ਜਾਂ ਕਿਸੇ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ ਨੂੰ ਜਟੀਨ।